ਮੈਮ ਅੱਜ ਸਵੇਰ ਤੋਂ ਹੀ ਨਈਏ ਜਿਹੜੀ ਰੇਡ ਹੈ ਤੁਹਾਡੇ ਘਰ ਵੀ ਜਿਹੜੇ ਹੈਗੇ ਪਹੁੰਚੇ ਸੀ, ਮਾਮਲਾ ਕੀ? ਅਸਲ ਚ 5:30 ਵਜੇ ਇਹਨਾਂ ਨੇ ਬੈਲ ਮਾਰੀ ਤੇ ਇਹਨਾਂ ਨੇ ਕਿਹਾ ਵੀ ਅਸੀਂ ਸਰਚ ਕਰਨਾ ਚਾਹੁੰਦੇ ਹਾਂ, ਅਸੀਂ ਨਈਏ ਵੱਲੋਂ ਹੈਗੇ ਹਾਂ ਤੇ ਇਹਨਾਂ ਨੇ ਸਰਚ, ਅਸੀਂ ਕਿਹਾ ਵੀ ਤੁਸੀਂ ਸਰਚ ਵਾਰੰਟ ਦਿਖਾਓ, ਇਹਨਾਂ ਨੇ ਸਰਚ ਵਾਰੰਟ ਸਾਨੂੰ ਦਿੱਤਾ ਤੇ ਬਾਅਦ ਚ ਇਹਨਾਂ ਨੇ ਕਿਹਾ ਕਿ ਅਸੀਂ ਸਰਚ ਵਾਰੰਟ ਦੇ ਅੰਡਰ ਸਰਚ ਨਹੀਂ ਕਰ ਰਹੇ, ਅਸੀਂ 161 ਦੇ ਅੰਡਰ CRPC ਦੇ ਅੰਡਰ ਸਰਚ ਕਰ ਰਹੇ ਹਾਂ ਤੇ ਇਹਨਾਂ ਨੇ 1 ਵਜੇ ਤੱਕ ਸਾਡਾ ਘਰ ਸਰਚ ਕੀਤਾ ਤੇ ਜਿੰਨੇ ਵੀ ਇਲੈਕਟ੍ਰੋਨਿਕ ਗੈਜਟਸ ਤੇ ਇਹਨਾਂ ਨੇ ਸਾਰੇ ਸੀਜ਼ ਕਰ ਲਈਏ ਤੇ ਸਾਰੇ ਆਫਿਸ ਦੀ ਫਾਈਲਾਂ ਇਹਨਾਂ ਨੇ ਫਰੇਲ ਲਈ ਹੈਗੀਆਂ, ਉਹ ਚ ਵੀ ਕਾਗਜ਼ ਲੈ ਗਏ, ਰਿਪੋਰਟਾਂ ਵੀ ਲੈ ਗਏ ਜਿਹੜੇ ਅਸੀਂ ਕੇਸ ਕਰਦੇ ਹਾਂ ਡਿਫਰੈਂਟ ਡਿਫਰੈਂਟ ਅਕਿਊਜ਼ ਦੇ ਤੇ ਜਿਹੜੇ ਉਹ ਅਸਲ ਚ ਅਸੀਂ ਪੁੱਛਿਆ ਵੀ FIR ਕੀ ਹੈਗੀ, ਰੀਜ਼ਨ ਕੀ ਹੈ, ਕੀ ਰੀਜ਼ਨ ਹੈਗਾ ਵੀ ਕਿਆ ਹਮ ਕਿਸੇ FIR ਚ ਅਕਿਊਜ਼ ਹੈਗੇ ਹਾਂ, ਤੁਸੀਂ ਤੁਹਾਨੂੰ ਕਿਸੇ FIR ਦੀ ਲੋੜ ਹੈਗੀ, ਸਾਡਾ ਨਾਂ ਹੈ, ਉਹ ਕਹਿੰਦੇ ਕਿਸੇ FIR ਤੁਹਾਡਾ ਨਾਂ ਨਹੀਂ ਹੈ, ਦੈਨ ਫਿਰ ਕੀ ਕਰ ਰਹੇ ਤੁਸੀਂ? ਕਹਿੰਦੇ ਸਾਨੂੰ ਆਰਡਰ ਹੈਗੇ ਆ, ਅਸੀਂ ਸਰਚ ਕਰਨਾ ਹੈ, ਚਲੋ ਸਰਚ ਕਰ ਲਓ, ਸਰਚ ਕਰ ਲਿਆ, ਸੀਜ਼ ਵੀ ਕਰ ਲਿਆ, ਅਸੀਂ ਕਿਹਾ ਵੀ ਸੀਜ਼ ਜਿਹੜਾ ਕੀਤਾ ਸੀ ਕਾਪੀ ਸਪਲਾਈ ਕਰ ਦਿਓ, ਸੀਜ਼ ਦੀ ਕਾਪੀ ਕੋਈ ਸਪਲਾਈ ਨਹੀਂ ਕੀਤੀ ਇਹਨਾਂ ਨੇ, ਹਾਰਡ ਡਿਸਕ, ਪੈਨ ਡਰਾਈਵ, ਮੋਬਾਈਲਸ ਔਰ ਡਾਕੂਮੈਂਟਸ, ਫਾਈਲਸ, ਜਿਹੜਾ ਸਾਡਾ ਸਰਚ ਵਰਕ ਹੈਗਾ ਰਿਗਾਰਡਿੰਗ ਕੇਸਿਸ, ਡਿਫਰੈਂਟ ਲਿਟੀਗੈਂਟਸ ਦੇ ਜੋ ਕੇਸਿਸ ਹੈ, ਉਸਕੀ ਜੋ ਰਿਪੋਰਟਸ ਹੈ, ਉਹ ਸਭ ਇਨ ਲੋਗੋਂ ਨੇ ਸੀਜ਼ ਕਰ ਲਈ ਹੈ। ਰੀਜ਼ਨ ਨਹੀਂ ਪਤਾ ਲੱਗਿਆ ਮੈਮ ਕਿ ਕਿਸ ਰੀਜ਼ਨ ਦੇ ਤਹਿਤ ਕੋਈ ਮਾਮਲਾ ਹੋਵਾਂ, ਕਿਸੇ ਕੋਈ ਗੈਂਗਸਟਰ ਤੋਂ ਰਿਲੇਟਡ ਜਾਂ ਫਿਰ ਕਿਸੇ ਹੋਰ ਐਕਟੀਵਿਟੀ ਤੋਂ ਰਿਲੇਟਡ ਇਸ ਤਰ੍ਹਾਂ ਦੀ, ਕਿਉਂਕਿ ਕਿਸਾਨਾਂ ਦੇ ਜਿਹੜੇ ਜਾਂ ਫੰਡਿੰਗ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਤੁਹਾਡੇ ਨਾਲ ਕੀਤੀ ਹੋਵੇ? ਅਸਲ ਚ FIR ਦੀ ਕਾਪੀ ਸਪਲਾਈ ਕਰੇ ਤਾਂ ਪਤਾ ਚੱਲੇ ਦੇ ਦੈਮਸੈਲਫ ਸੇਇੰਗ ਕਿ ਯੋਰ ਨੇਮ ਇਜ਼ ਨੋਟ ਇਨ FIR, ਔਰ ਦੂਸਰਾ ਇਹ ਕਹਿ ਰਹੇ ਕਿ UAPA ਕਾ ਕੋਈ ਕੇਸ ਹੈ, UAPA ਕਾ ਕੇਸ ਹੈ ਤਾਂ ਕੰਟੈਂਟ ਕਿਆ ਹੈ, ਹਮ ਕੈਸੇ ਉਸਮੇ ਇੰਡਲਜ ਹੋਤੇ ਹੈ, ਕੋਈ ਵੀ ਸਪੈਸੀਫਿਕੇਸ਼ਨ ਜਬ ਲੋ ਮੈਨ ਕੋ ਹੀ ਨਹੀਂ ਹੈ ਤਾਂ ਲੇ ਮੈਨ ਕੋ ਕਿਆ ਹੋਗਾ, ਤੋ 6-7 ਘੰਟੇ ਸਰਚ ਕਰਕੇ ਅਰਲੀ ਨੇ ਨੋਟਿਸ ਸਮੇਂ ਦਿਆ ਕਿ ਆਪ NIA ਆਫਿਸ ਆਓ 4 ਵਜੇ, ਲੇਕਿਨ ਅਭੀ ਇਹ ਕਹਿ ਰਹੇ ਹੈ ਕਿ ਆਪ ਅਭੀ 2 ਵਜੇ ਪਹੁੰਚੋ, ਹਮਾਰੇ ਅਫਸਰ ਕੀ ਫਲਾਈਟ ਹੈ। ਠੀਕ ਹੈ, ਤੋ ਹਜੇ ਦੁਬਾਰਾ ਤੋ ਆਏ, ਟੀਮ ਆਈ ਹੈ ਦੁਬਾਰਾ, ਪੁਲਿਸ ਲੈ ਕੇ ਆਈ ਹੈ, ਹੁਣ ਕੀ ਕਹਿ ਰਹੇ ਹੈ? ਉਹਨੇ ਇਹੀ ਕਹਿ ਰਹੇ ਨੇ ਅਸੀਂ 4 ਵਜੇ ਦਾ ਟਾਈਮ ਦਿੱਤਾ ਸੀਗਾ ਇਹਨਾਂ ਨੇ ਸਾਨੂੰ ਪਹਿਲੇ, ਤੇ ਹੁਣ ਇਹ ਕਹਿ ਰਹੇ ਨੇ ਵੀ ਤੁਸੀਂ ਹੁਣੇ ਚਲੋ ਵੀ ਅਸੀਂ, ਸਾਡੇ ਅਫਸਰ ਦੀ ਫਲਾਈਟ ਹੈ ਤੇ ਉਹਨੇ ਜਾਣਾ ਹੈਗਾ, ਤੇ ਅਸੀਂ ਕਿਹਾ ਵੀ ਇੰਨੀ ਕਿਹੜੀ ਕਾਲ ਹੈਗੀ, ਤੁਸੀਂ 2 ਦਿਨ ਦਾ ਟਾਈਮ ਲੈ ਲਓ, ਟਾਈਮ ਹੈ ਨਹੀਂ ਹੈਗਾ ਤੇ 2 ਦਿਨ ਬਾਅਦ ਮਿਲ ਲੈਣਾ, ਸਾਡਾ ਨਾਂ FIR ਚ ਨਹੀਂ ਹੈ, ਵੀ ਆਰ ਨੋਟ ਅਕਿਊਜ਼ ਇਨ ਐਨੀ FIR, ਤੇ ਫਿਰ ਤੁਹਾਨੂੰ ਕਿਸ ਲਈ ਲੋੜਦੀ ਹੈਗੀ ਵੀ ਇੰਨਾ ਕੀ ਏਜੰਸੀ? ਕਿਸ ਤਰ੍ਹਾਂ ਦੇ ਕੇਸਿਸ ਲੜਦੇ ਹੋ ਵੈਸੇ, ਕਿਸ ਤਰ੍ਹਾਂ ਦੇ ਕੋਈ ਪਾਰਟਿਕੂਲਰ ਕੇਸਿਸ ਲੜਦੇ ਹੋ ਜਾਂ ਫਿਰ ਕਿਸ ਤਰ੍ਹਾਂ ਦੇ ਤੁਸੀਂ ਕੇਸਿਸ? ਐਕਚੁਅਲੀ ਹਾਈ ਕੋਰਟ ਮੇਂ ਵਕੀਲ ਸਭ ਤਰ੍ਹਾਂ ਕੇ ਕੇਸਿਸ ਲੜਤੇ ਹੈ, ਲੇਕਿਨ ਹਮੇ ਜੋ ਲੱਗ ਰਿਹਾ ਹੈ ਇਹ ਜੋ ਸਾਰੀ ਕੀ ਸਾਰਾ ਇਹ ਜੋ ਸਾਰਾ ਪ੍ਰੋਸੈਸ ਹੋਇਆ ਹੈ, ਇਹ ਹਿਊਮਨ ਰਾਈਟ ਕੇ ਜੋ ਕੇਸਿਸ ਹਮ ਲੜਤੇ ਹੈ, ਅਲੱਗ ਅਲੱਗ ਯੂਨੀਅਨਸ ਕੇ, ਕਿਸਾਨ ਯੂਨੀਅਨ ਕੇ, ਅਲੱਗ ਅਲੱਗ ਜੋ ਵੀ ਜਮਹੂਰੀ ਅਧਿਕਾਰ ਦੀ ਜਿਹੜਾ ਗੱਲਾਂ ਕਰਦੇ ਆ ਉਹਦੇ ਅਗੇਂਸਟ ਜਿਹੜੀ ਹੈਗੀ ਹੈ ਇਹ ਵੋਇਸ ਕਰਬ ਕਰਨ ਦਾ ਇੱਕ ਤਰੀਕਾ ਹੈਗਾ, ਜਿਵੇਂ ਵਨ ਆਫ ਦਾ ਐਡਵੋਕੇਟ ਮਨਦੀਪ ਸਿੰਘ ਹੂ ਇਜ਼ ਦਾ ਪ੍ਰੈਜ਼ੀਡੈਂਟ ਆਫ FDR, ਉਹਨੂੰ ਜਿਹੜਾ ਸਰਚ ਕੀਤਾ ਹੈ ਉਹ ਹਜੇ ਕਲਕੱਤਾ ਰੇਪ ਕੇਸ ਦਾ ਪ੍ਰੋਟੈਸਟ ਕੀਤਾ ਸੀ 2 ਦਿਨ ਪਹਿਲੇ, ਤੇ ਇਹ ਜੋ ਪਬਲਿਕ ਦੀ ਵੋਇਸ ਹੈ ਉਹਨੂੰ ਦਬਾਉਣ ਦੇ ਤਰੀਕੇ ਹੈਗੇ ਹੈ, ਇਹ ਨਹੀਂ ਤੇ ਐਡਵੋਕੇਟ ਦੇ ਨਾਲ ਤਾਂ ਤੁਸੀਂ ਲੀਗਲ ਗੱਲ ਕਰ ਸਕਦੇ ਹੋ, ਜੇ ਲੀਗਲ ਗੱਲ ਮਿਸਿੰਗ ਹੈ ਤੇ ਤੁਸੀਂ ਕਰ ਕੀ ਰਹੇ ਹੋ, ਫਿਰ ਲੇਮਾਇਨ ਦੀ ਕੀ ਸਥਿਤੀ ਹੈ ਇਸ ਦੁਨੀਆ ਚ ਜਾਂ ਆਪਣੇ ਦੇਸ਼ ਚ, ਉਹ ਆਪਾਂ ਉਹਦਾ ਅੰਦਾਜ਼ਾ ਇਹ ਤੋਂ ਹੀ ਲਾ ਸਕਦੇ ਹਾਂ। ਠੀਕ ਹੈ, ਤੁਹਾਡੇ ਕਿਸੇ ਸਾਥੀ ਨਾਲ ਗੱਲ ਹੋਈ ਹੈ? ਕਿਉਂਕਿ ਪੰਜਾਬ ਦੇ ਵਿੱਚ ਕਈ ਵਕਤ ਥਾਵਾਂ ਤੇ ਜਿਹੜੀ ਰੇਡ ਹੋ ਰਹੀ ਹੈ ਜ਼ਿਆਦਾਤਰ ਐਡਵੋਕੇਟਸ ਦੇ ਘਰ ਰੇਡ ਹੋ ਰਹੀ ਹੈ, ਇਹਦੇ ਚ ਜਿੰਨੇ ਵੀ ਐਡਵੋਕੇਟਸ ਦੇ ਘਰ ਰੇਡ ਹੋ ਰਹੀ ਹੈ ਉਹ ਸਾਰੇ ਡੈਮੋਕ੍ਰੇਟ ਰਾਈਟ ਤੋਂ ਜੁੜੇ ਹੋਏ ਹੈ, ਤੇ ਹਜੇ ਸਾਡੀ ਗੱਲ ਹੋਈ ਹੈ ਵੀ ਐਡਵੋਕੇਟ ਮਨਦੀਪ ਦੇ ਘਰ ਵੀ ਇਹਨਾਂ ਨੇ ਸਰਚ ਮੀਮੋ ਪ੍ਰਿਪੇਅਰ ਕੀਤਾ ਤੇ ਉਦੋਂ ਵੀ ਨਿਕਲ ਰਹੇ ਹੈ, ਤੇ ਉਹਨਾਂ ਨੂੰ 18 ਤਰੀਕ ਲਈ ਸੱਦਿਆ ਹੈਗਾ, ਤੇ ਜਿਹੜੇ ਐਡਵੋਕੇਟ ਪੰਕਜ ਸੀਗੇ ਉਹਨਾਂ ਨੂੰ ਉਹਨਾਂ ਨੇ ਰਿਲੀਜ਼ ਕਰਤਾ NIA ਨੇ, ਤੇ ਉਹਨਾਂ ਬਾਰੇ ਇੰਨੀ ਹੀ ਸਾਨੂੰ ਖਬਰ ਹੈਗੀ ਹੈ ਹਜੇ, ਤੇ ਸੁਖਿੰਦਰ ਕੌਰ ਜਿਹੜੀ ਹੈਗੀ ਹੈ BKU ਕ੍ਰਾਂਤੀਕਾਰੀ ਦੀ ਜਿਹੜੀ ਲੀਡਰ ਹੈਗੀ ਹੈ ਉਹਨਾਂ ਦੇ ਘਰ ਰੇਡ ਕਰ ਰਹੇ ਸੀਗੇ, ਲੇਕਿਨ ਉੱਥੇ ਪਬਲਿਕ ਇਕੱਠੀ ਹੋ ਗਈ ਤੇ ਉਹਨਾਂ ਨੇ ਐਂਟਰੀ ਨਹੀਂ ਕਰਨ ਦਿੱਤੀ ਘਰ ਚ। ਠੀਕ ਹੈ, ਤੇ ਹੁਣ ਤੁਸੀਂ ਕਿਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਹੋ, ਤੁਸੀਂ ਜਾ ਰਹੇ ਹੋ ਉਹਨਾਂ ਦੇ ਨਾਲ ਜਾਂ ਟਾਈਮ ਜਿਹੜਾ ਹੈਗਾ ਮੰਗ ਰਹੇ? ਅਸਲ ਚ ਆਈ ਐਮ ਮਦਰ ਆਫ ਅ 9-year-old ਗਰਲ, ਤੋ ਮੇਰੀ ਕੁੜੀ ਨੇ ਸਕੂਲ ਤੋਂ ਆਉਣਾ ਹੈ, ਤੋ ਵੀ ਆਰ ਵੇਟਿੰਗ ਕਿ ਇੱਕ ਵਾਰ ਉਹਨੂੰ ਲੈ ਕੇ ਫਿਰ ਉਹਨੂੰ ਮਿਲ ਕੇ
ਵੀ ਫਿਰ ਆਪਾਂ ਉਹਨੂੰ ਇਹਨਾਂ ਨੂੰ ਜਾ ਸਕਦੇ ਹਾਂ, ਇਹਨਾਂ ਦੇ ਨਾਲ NI ਆਫਿਸ ਵੀ ਜਾ ਸਕਦੇ ਹਾਂ ਤੇ ਇਨਵੈਸਟੀਗੇਸ਼ਨ ਜੁਆਇਨ ਕਰਨ ਚ ਸਾਨੂੰ ਕੋਈ ਦਿੱਕਤ ਨਹੀਂ, ਲੇਕਿਨ FIR ਤੋਂ ਤੁਹਾਡੇ ਖਿਲਾਫ ਕੋਈ? ਤੁਹਾਡੇ ਹਸਬੰਡ ਵੀ ਐਡਵੋਕੇਟ ਨੇ? ਹਾਂਜੀ, ਵੀ ਬੋਥ ਆਰ ਪ੍ਰੈਕਟਿਸਿੰਗ ਐਜ਼ ਐਨ ਐਡਵੋਕੇਟ ਇਨ ਪੰਜਾਬ ਹਰਿਆਣਾ ਹਾਈ ਕੋਰਟ ਸਿੰਸ 2010।